ਸਾਡੇ ਮਾਣਯੋਗ ਸੀਐਮ ਸਾਹਿਬ ਦਾ ਜਿਹੜੇ ਦਿਸ਼ਾ ਨਿਰਦੇਸ਼ ਨੇ ਅਤੇ ਡਰੱਗ ਫਰੀ ਬਣਾਉਣਾ ਸਟੇਟ ਨੂੰ, ਉਹਦੇ ਤਹਿਤ ਜਿਹੜਾ ਐਂਟੀ ਡਰੱਗ ਕੈਂਪੇਨ ਹੈ ਉਹਦੇ 'ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ। 3 ਕਿਲੋ ਹੀਰੋਇਨ ਫੜੀ ਹੈ ਔਰ 4 ਸਮਗਲਰ ਵਿੱਚ ਫੜੇ ਗਏ ਨੇ। ਔਰ ਇਹਦੇ 'ਚ ਜਿਹੜੀ ਦੇਸੀ ਗੱਲ ਹੈ ਉਹ ਇਹ ਹੈ ਕਿ ਇਹ 2 ਕੇਸ ਰਜਿਸਟਰ ਹੋਏ ਨੇ ਔਰ ਇਹਨਾਂ ਦੋਨੋਂ ਕੇਸਾਂ 'ਚ ਪਾਕਿਸਤਾਨ ਬੇਸਡ ਔਰ ਫੋਰਨ ਬੇਸਡ ਸਮਗਲਰਸ ਦਾ ਜਿਹੜਾ ਐਂਗਲ ਉਹ ਸਾਹਮਣੇ ਆਇਆ। ਇਹਦੇ 'ਚ ਜਿਹੜਾ ਛਿਆਟੇ ਦੇ ਵਿੱਚ ਕੇਸ ਦਰਜ ਹੋਇਆ ਕਿ 2.5 ਕਿਲੋ ਹੀਰੋਇਨ ਫੜੀ ਗਈ ਹੈ। ਸੁਹੇਲ ਹੈ ਲੜਕਾ, ਲਾਹੌਰਗੜ੍ਹ ਗੇਟ ਅੰਮ੍ਰਿਤਸਰ ਦਾ, ਇਹ ਬਾਅਦ ਪਾਕਿਸਤਾਨ ਦੇ ਸਮਗਲਰਸ ਨਾਲ ਡਾਇਰੈਕਟਲੀ ਟੱਚ ਸੀ ਔਰ ਉਸ ਤੋਂ ਇਲਾਵਾ ਬਾਕੀ ਫੋਰਨ ਕੰਟਰੀ ਦੇ ਸਮਗਲਰਸ ਨਾਲ ਵੀ ਇੰਟਰੈਕਟ ਸੀਗਾ। ਇਹ ਸਾਰੀ ਜਿਹੜੀ ਦੋਨੋਂ ਬੜੀ ਅੱਛੀਆਂ ਰਿਕਵਰੀਆਂ ਹੋਈਆਂ ਵਿੱਚ ਸਾਡੇ DGP ਮਿਸਟਰ ਹਰਪ੍ਰੀਤ ਮੰਡੇਰ, DGP ਸਾਹਿਬ ਅਭਿਮਨਿਊ ਰਾਣਾ ਜੀ, ਸ਼ਿਵਦਰਸ਼ਨ ਸਾਡੇ SDP ਔਰ ਰੋਬਿਨ ਹੰਸ ਔਰ ਵਿਨੋਦ ਕੁਮਾਰ ਸਾਡੇ ਦਾ SHO, ਇਹਨਾਂ ਦੋਨਾਂ ਦੀ ਔਰ ਇਹਨਾਂ ਟੀਮ ਦੀ ਬੜੀ ਅੱਛੀ ਭੂਮਿਕਾ ਰਹੀ ਹੈ। ਸੁਹੇਲ ਦੀ ਪੁੱਛਗਿੱਛ ਤੋਂ ਅਸੀਂ ਅੱਗੇ ਜਿਹੜਾ ਗੱਲਾਂ ਟਰੇਸ ਕਰ ਰਹੇ ਹਾਂ ਜਾਂ ਇਨਵੈਸਟੀਗੇਟ ਕਰ ਰਹੇ ਹਾਂ ਉਹ ਇਸ ਸਮੇਂ ਅਸੀਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਕਿਉਂਕਿ ਕਾਫੀ ਵੱਡਾ ਕਾਟਲ ਸਾਹਮਣੇ ਆਇਆ ਹੈ। ਇਹ 25 ਸਾਲ ਦੀ ਉਮਰ ਹੈ, 12ਵੀਂ ਪਾਸ ਹੈ, ਆਂਡੇ ਵਗੈਰਾ ਦੀ ਲੇਡੀ ਲਾਉਂਦਾ ਸੀ ਪਹਿਲਾਂ ਇਹ ਖਜ਼ਾਨਾ ਗੇਟ ਦੇ ਕੋਲ ਅੰਮ੍ਰਿਤਸਰ, ਅਤੇ 2 ਮਹੀਨੇ ਤੋਂ ਜ਼ਿਆਦਾ ਸਰਗਰਮ ਹੋਈਆਂ ਜੋ ਇਹਦੀ ਮੋਟੀ ਪੁੱਛਗਿੱਛ ਤੋਂ ਪਤਾ ਲੱਗਿਆ। ਦੂਸਰਾ ਜਿਹੜਾ ਥਾਣੇ ਸਦਰ ਦਾ ਕੇਸ ਹੈ ਉਹਦੇ 'ਚ 4 ਬੰਦੇ ਫੜੇ ਗਏ ਨੇ, 2 ਭਰਾ, ਉਹਨਾਂ 4 ਚੋਂ 2-2 ਭਰਾਵਾਂ ਦੇ ਉਹ ਅਕਿਊਜ਼ ਨੇ, ਉਹ ਅਵਤਾਰ ਸਿੰਘ ਹੈ ਅਤੇ ਸੁਨੀਲ, ਇਹ ਦੋਨੇ ਰੀਅਲ ਬ੍ਰਦਰ ਨੇ, ਅਰਸ਼ਦੀਪ ਅਤੇ ਯੁਵਰਾਜ, ਇਹ ਸਾਰੇ ਮੁਸ਼ਹਿਰਾ ਢਾਲਾ ਥਾਣਾ ਸਰਾਏ ਮਾਨਸਾਨ ਡਿਸਟ੍ਰਿਕਟ ਤਰਨ ਤਾਰਨ ਦੇ ਰਹਿਣ ਵਾਲੇ ਆ। ਔਰ ਜਿਹੜਾ ਅਵਤਾਰ ਸਿੰਘ ਹੈ ਇਹਦੇ ਖਿਲਾਫ਼ 2 FIR ਪਹਿਲਾਂ NDPS ਨੇ ਦਰਜ ਹੈ ਤਰਨ ਤਾਰਨ ਦੇ ਵਿੱਚ, ਔਰ ਹਲਵਾਈ ਦਾ ਕੰਮ ਕਰਦਾ ਸੀਗਾ ਇਹ ਪਹਿਲਾਂ, ਉਸ ਤੋਂ ਬਾਅਦ ਇਹ ਡਰੱਗ ਸਮਗਲਿੰਗ 'ਚ ਆ ਗਿਆ ਔਰ ਜੇਲ੍ਹ 'ਚੋਂ ਬਾਹਰ ਆ ਕੇ ਵੀ ਇਹ ਕੰਮ ਕਰ ਰਿਹਾ। ਸਮੀਰ ਜਿਹੜਾ ਹੈਗਾ ਇਹ ਉਹਦਾ ਬ੍ਰਦਰ ਹੈ, ਇਹਦੇ ਖਿਲਾਫ਼ ਵੀ 1 FIR ਦਰਜ ਹੈ NDPS ਐਕਟ ਤਰਨ ਤਾਰਨ ਦੇ ਵਿੱਚ। ਜਿਹੜਾ ਅਰਸ਼ਦੀਪ ਹੈਗਾ ਇਹਦੇ ਖਿਲਾਫ਼ ਕੋਈ ਪਹਿਲਾਂ ਪੱਤਰ ਦਰਜ ਨਹੀਂ, ਪਰ ਇਹਨਾਂ ਤੋਂ ਨਾਲ ਜੁੜਿਆ, ਇਹ ਐਲਮੀਨੀਅਮ ਦੇ ਦਰਵਾਜ਼ੇ ਬਣਾਉਣ ਦਾ ਕੰਮ ਕਰਦਾ ਹੈ। ਔਰ ਯੁਵਰਾਜ ਜਿਹੜਾ ਇਹ ਵੈਲਡਿੰਗ ਦੀ ਦੁਕਾਨ ਹੈ ਸੰਭਾਲ, ਅਤੇ ਬਟ ਇਹਦੇ ਖਿਲਾਫ਼ ਵੀ ਪਹਿਲਾਂ ਕੋਈ ਪਰਚਾ ਨਹੀਂ ਔਰ ਇਹਦੇ ਦੱਸਣ ਮੁਤਾਬਕ ਲਾਸਟ 8-10 ਮਹੀਨਿਆਂ ਤੋਂ ਕਾਫੀ ਇਹ ਹੀਰੋਇਨ ਟ੍ਰੇਡ ਦੇ ਵਿੱਚ ਕੋਂਟੈਕਟ ਦੇ ਵਿੱਚ ਹੈ। ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਨਦਾ, ਤੁਹਾਡੇ ਨਾਲ ਪ੍ਰੈਸ ਨੋਟ ਵੀ ਸ਼ੇਅਰ ਕੀਤਾ ਜਾਏਗਾ। ਸੋ ਸਾਡੀ ਜਿਹੜੀ ਕੋਸ਼ਿਸ਼ ਇਹੀ ਹੈ ਕਿ ਇਹਦੇ ਵਿੱਚ ਜਿਹੜੇ ਫੋਰਵਰਡ ਅਤੇ ਬੈਕਵਰਡ ਲਿੰਕੇਜਿਸ ਨੇ, ਸਪੈਸ਼ਲੀ ਜਿਹੜੇ ਸਾਡੇ ਸ਼ਹਿਰ ਨਾਲ ਰਿਲੇਟਡ ਨੇ, ਕਿਉਂਕਿ ਜ਼ਿਆਦਾਤਰ ਇਹ ਤੁਹਾਨੂੰ ਪਤਾ ਬਾਰਡਰ ਏਰੀਏ ਦੇ ਵਿੱਚੋਂ ਕੰਸਾਈਨਮੈਂਟਸ ਅਤੇ ਸਾਰਾ ਇਹਨਾਂ ਦਾ ਕੋਂਟੈਕਟ ਬਣਦੇ ਆ। ਔਰ ਜਿਹੜੇ ਉਹ 4 ਦੋਸ਼ੀ ਦੂਜੇ ਕੇਸ ਦੇ ਵਿੱਚ, ਉਹ ਤਾਂ ਪਿੰਡ ਹੀ ਸਾਰਾ ਕਾਫੀ ਕੇਸ ਦੇ ਵਿੱਚ ਅੱਗੇ ਫਿਗਰ ਹੋਏ ਆ, ਉਸ ਪਿੰਡ ਤੋਂ ਕਾਫੀ ਆਪਾਂ ਨੂੰ ਸਮਗਲੇ। ਸੁਹੇਲ ਦਾ ਜਿਹੜਾ ਨੈਟਵਰਕ ਉਹ ਵੀ ਕਾਫੀ ਵੱਡਾ ਦੱਸਿਆ ਜਾ ਰਿਹਾ ਔਰ ਉਹਦੇ 'ਚ ਵੀ ਜਿਹੜਾ ਅੰਮ੍ਰਿਤਸਰ ਰੂਰਲ ਡਿਸਟ੍ਰਿਕਟ ਦੇ ਕੁਛ ਜਿਹੜੇ ਸਮਗਲਰਸ ਦਾ ਵੀ ਟੱਚ ਗਿਆ, ਸਿਟੀ ਦੇ ਵਿੱਚ ਵੀ ਥੋੜ੍ਹੇ ਜਿਹੇ ਗਾਹਕ ਆ, ਉਹ ਵੀ ਸਾਰੇ ਅਸੀਂ ਜਿਹੜੇ ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ। ਔਰ ਮੈਨੂੰ ਉਮੀਦ ਹੈ ਕਿ ਇਹਦੇ 'ਚ ਆਉਣ ਵਾਲੇ ਸਮੇਂ 'ਚ ਸਾਨੂੰ ਕਾਫੀ ਅੱਛੀ ਹੋਰ ਰਿਕਵਰੀ ਹੋਣ ਦੀ ਆਸ ਹੈ। ਇਹਦੇ 'ਚ ਡਰੱਗ ਮਨੀ ਅਤੇ ਤੋਲਣ ਵਾਲਾ ਜਿਹੜਾ ਸਕੇਲ ਆ ਉਹ ਵੀ ਰਿਕਵਰ ਹੋਇਆ ਔਰ ਮੈਂ ਇਹਨੂੰ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੱਤੀ।
ਉਹ ਸੁਹੇਲ ਤੇ ਪਹਿਲਾਂ ਵੀ ਕੋਈ ਮਾਮਲਾ ਚੱਲ ਗਿਆ? ਸੁਹੇਲ ਦਾ ਅਜੇ ਪਤਾ ਨਹੀਂ ਲੱਗਿਆ ਜੀ, ਪਹਿਲਾਂ ਕੋਈ ਮਾਮਲਾ ਨਹੀਂ ਆਇਆ ਸਰ। ਦੇਖੋ ਜਿੱਦਾਂ ਆਪਾਂ ਪਹਿਲਾਂ ਵੀ ਬਹੁਤ ਵਾਰ ਰਿਕਵਰੀਆਂ 'ਚ ਦੇਖਿਆ ਕਿ ਬਾਹਰ ਬੈਠੇ ਆ, ਜੇ ਕੋਈ ਆਪਣੇ ਯੂਰਪ 'ਚ ਬੈਠਾ, ਕੋਈ ਅਮੈਰੀਕਨ ਕੌਂਟੀਨੈਂਟ 'ਚ ਬੈਠਾ, ਕੈਨੇਡਾ 'ਚ ਬੈਠਾ, ਉਹ ਬਾਹਰੋਂ ਬੈਠੇ ਬੰਦੇ ਉਹਨਾਂ ਦਾ ਸੰਪਰਕ ਲੋਕਲ ਬੰਦਿਆਂ ਦਾ ਔਰ ਪਾਸ ਦੇ ਸਮਗਲਰ ਦਾ ਆਪਸ 'ਚ ਕੰਟੈਕਟ ਕਰਵਾਉਂਦੇ ਆ, ਅਤੇ ਉਹਨੂੰ ਫਿਰ ਅਸੀਂ ਜਿਹੜੀ ਹੈ ਹਵਾਲਾ ਰਾਹੀਂ ਉਹ ਪੈਸਿਆਂ ਦਾ ਵੀ ਲੈਣ ਦੇਣ ਕਰਦੇ ਹਾਂ। ਅਤੇ ਇਹਨਾਂ ਕੇਸਾਂ ਦੇ ਵਿੱਚ ਵੀ ਜਿਹੜੀ ਮਨੀ ਟ੍ਰੇਲ ਆ ਉਹਨੂੰ ਵੀ ਅਸੀਂ ਬੜੀ ਡੂੰਘਾਈ ਦਾ ਉਹਦੇ 'ਚ ਇਨਵੈਸਟੀਗੇਟ ਕਰ ਰਹੇ ਹਾਂ। ਬੇਸਿਕਲੀ ਇਹ ਸਾਰਾ ਜਿਹੜੇ ਇੱਥੇ ਕ੍ਰਿਮੀਨਲ ਬੰਦੇ ਗਏ ਆ ਜਾਂ ਉੱਥੇ ਬੈਠੇ ਆ, ਉਹਨਾਂ ਦੀ ਮਨੀ ਦੀ ਜਿਹੜੀ ਲਾਲਚ ਆ ਉਹਦੇ 'ਚ ਮੈਂ ਸਮਝਦਾ ਕਿ ਉਹ ਇਸ ਚੀਜ਼ਾਂ ਨੂੰ ਹੋਰ ਇਨਕਰੇਜ ਕਰਦੇ।